ਫਗੂਆ ਕੋਲਡ ਸਟੋਰ 'ਚ ਜਾ ਕੇ ਆਏ ਨੇ ਅਤੇ ਕੋਈ ਪੇਮੈਂਟ ਵਗੈਰਾ ਦੀ ਜਿਹੜੀ ਦੱਸਣ ਦੇ ਮੁਤਾਬਕ ਹੈ ਨਾ, ਮੈਂ ਮੀਡੀਆ ਲੈ ਕੇ ਆਈ ਹਾਂ ਅਤੇ ਆਪਾਂ ਦੇਖਦੇ ਕੋਈ ਗੱਲ ਨਹੀਂ ਹੋਊਗਾ ਤਾਂ ਮੈਂ ਜਦ ਤੱਕ ਮਾਫ਼ੀ ਮੰਗਣ ਨੂੰ ਮੈਨੂੰ ਕੋਈ ਇਤਰਾਜ਼ ਨਹੀਂ ਹੈ ਜੇ ਇਹਨਾਂ ਦੇ ਕੋਈ ਮਾਨ ਸਨਮਾਨ ਉੱਠੇ ਹੋਊਗੀ। ਸੋ ਇੱਕ ਵਾਰ ਤੁਸੀਂ ਪਲੀਜ਼ ਚੈੱਕ ਕਰ ਲਓ ਬੀ ਡੀ ਪੀ ਓ ਸਾਹਿਬ ਨੂੰ ਵੀ ਅਤੇ ਇਹਨਾਂ ਦੇ ਜਿਹੜੇ ਵਹੀਕਲ ਆ ਜੋ ਵੀ ਜ਼ਿਆਦਾ 'ਚ ਹੈਗੇ ਨੇ ਕੋਈ ਇਹਨਾਂ ਦਾ ਇੱਕ ਵਾਰ ਚੈੱਕ ਕਰ ਲਓ ਤਲਾਸ਼ੀ ਲੈਣ ਦੀ ਗੱਲ ਆਖੀ, ਉਹ ਵੀ ਮੀਡੀਆ ਦੇ ਸਾਹਮਣੇ। ਜੀ ਹਾਂ, ਸੰਗਰੂਰ ਤੋਂ ਆਪ ਵਿਧਾਇਕਾ ਨਰਿੰਦਰ ਕੌਰ ਪਰਾਜ ਜੋ ਕਿ ਬੀ ਡੀ ਪੀ ਓ ਦਾ ਪਿੱਛਾ ਕਰਦੇ ਹੋਏ ਐਸ ਡੀ ਐਮ ਦਫ਼ਤਰ ਪਹੁੰਚੇ ਤੇ ਫਿਰ ਦਫ਼ਤਰ 'ਚ ਵੜਦਿਆਂ ਹੀ ਬੀ ਡੀ ਪੀ ਓ ਨੂੰ ਘੇਰ ਲਿਆ ਅਤੇ ਉਸ 'ਤੇ ਰਿਸ਼ਵਤ ਲੈਣ ਦੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਉਹ ਮੀਡੀਆ ਨਾਲ ਲੈ ਕੇ ਆਏ ਨੇ ਅਤੇ ਮੀਡੀਆ ਦੇ ਸਾਹਮਣੇ ਹੀ ਪੁਲਿਸ ਇਸ ਬੀ ਡੀ ਪੀ ਓ ਦੀ ਗੱਡੀ ਦੀ ਤਲਾਸ਼ੀ ਲਏਗੀ। ਜਦੋਂ ਪੁਲਿਸ ਨੇ ਤਲਾਸ਼ੀ ਲਈ ਤਾਂ ਉਸ ਦੇ ਵਿੱਚੋਂ ਕੁਛ ਵੀ ਨਹੀਂ ਮਿਲਿਆ। ਦਰਅਸਲ ਸੰਗਰੂਰ ਦੀ ਵਿਧਾਇਕਾ ਨਰਿੰਦਰ ਕੌਰ ਪਰਾਜ ਨੇ ਇੱਥੇ ਦੱਸਿਆ ਹੈ ਕਿ ਉਹਨਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਇੱਥੇ ਭਵਾਨੀਗੜ੍ਹ ਦੇ ਬੀ ਡੀ ਪੀ ਓ ਦੇ ਵੱਲੋਂ ਰਿਸ਼ਵਤ ਲਈ ਗਈ ਹੈ, ਜਿਸ ਕਰਕੇ ਉਹਨਾਂ ਦੇ ਵੱਲੋਂ ਖੁਦ ਬੀ ਡੀ ਪੀ ਓ ਦੀ ਗੱਡੀ ਦਾ ਪਿੱਛਾ ਕੀਤਾ ਗਿਆ, ਆਪਣੀ ਗੱਡੀ ਉਸ ਦੇ ਮਗਰ ਲਗਾਈ ਅਤੇ ਐਸ ਡੀ ਐਮ ਦਫ਼ਤਰ ਪਹੁੰਚ ਕੇ ਬੀ ਡੀ ਪੀ ਓ ਨੂੰ ਘੇਰ ਲਿਆ ਤੇ ਮੀਡੀਆ ਦੇ ਸਾਹਮਣੇ ਪੁਲਿਸ ਨੂੰ ਤਲਾਸ਼ੀ ਲੈਣ ਲਈ ਵੀ ਕਹਿ ਦਿੱਤਾ। ਪੁਲਿਸ ਦੇ ਵੱਲੋਂ ਵੀ ਬੀ ਡੀ ਪੀ ਓ ਦੀ ਗੱਡੀ ਦੀ ਕੱਲੀ ਕੱਲੀ ਚੀਜ਼ ਦੀ ਤਲਾਸ਼ੀ ਲਈ ਗਈ ਪਰ ਪੁਲਿਸ ਨੂੰ ਕੁਛ ਨਹੀਂ ਮਿਲਿਆ। ਇੱਥੇ ਵਿਧਾਇਕ ਨੇ ਦੱਸਿਆ ਹੈ ਕਿ ਉਹਨਾਂ ਨੂੰ ਭਵਾਨੀਗੜ੍ਹ ਦੇ ਬੀ ਡੀ ਪੀ ਓ ਦੇ ਖਿਲਾਫ਼ ਸ਼ਿਕਾਇਤ ਮਿਲੀ ਸੀ ਕਿ ਉਸਨੇ ਇੱਕ ਕੋਲਡ ਸਟੋਰ 'ਤੇ ਜਾ ਕੇ ਰਿਸ਼ਵਤ ਮੰਗੀ ਹੈ। ਇਸੇ ਚੱਲਦਿਆਂ ਹੀ ਇਹ ਸਾਰੀ ਕਾਰਵਾਈ ਕੀਤੀ ਗਈ। ਬੇਸ਼ੱਕ ਗੱਡੀ ਦੇ ਵਿੱਚੋਂ ਕੁਛ ਨਹੀਂ ਮਿਲਿਆ ਹੈ ਪਰ ਇੱਥੇ ਵਿਧਾਇਕਾਂ ਨੇ ਹਾਲੇ ਵੀ ਹਦਾਇਤ ਕੀਤੀ ਹੈ ਪੁਲਿਸ ਨੂੰ ਕਿ ਗਹਿਰਾਈ ਨਾਲ ਜਾਂਚ ਕੀਤੀ ਜਾਵੇ। ਉੱਧਰ ਜਦੋਂ ਬੀ ਡੀ ਪੀ ਓ ਦੇ ਨਾਲ ਗੱਲ ਕੀਤੀ ਗਈ ਤਾਂ ਉਸਦਾ ਕਹਿਣਾ ਸੀ ਕਿ ਉਹ ਕਿਸੇ ਕੋਲਡ ਸਟੋਰ 'ਤੇ ਗਿਆ ਜ਼ਰੂਰ ਸੀ ਪਰ ਕਿਸੇ ਨੂੰ ਮਿਲਣ ਦੇ ਲਈ, ਰਿਸ਼ਵਤ ਲੈਣ ਦੇ ਲਈ ਨਹੀਂ। ਉਸਨੇ ਆਪਣੇ 'ਤੇ ਸਾਰੇ ਲੱਗੇ ਇਲਜ਼ਾਮਾਂ ਨੂੰ ਨਕਾਰ ਦਿੱਤਾ ਹੈ। ਉੱਧਰ ਹੀ ਬੀ ਡੀ ਪੀ ਓ ਦੀ ਗੱਡੀ ਚਲਾਉਣ ਵਾਲੇ ਡਰਾਈਵਰ ਨੇ ਵੀ ਕਿਹਾ ਹੈ ਕਿ ਉਹ ਨਾਲ ਤਾਂ ਗਿਆ ਸੀ ਪਰ ਵਾਪਸੀ ਵੇਲੇ ਗੱਡੀ ਖੁਦ ਬੀ ਡੀ ਪੀ ਓ ਸਾਹਿਬ ਚਲਾ ਕੇ ਆਏ ਨੇ, ਜਿਸ ਕਰਕੇ ਉਸਨੂੰ ਨਹੀਂ ਪਤਾ ਕਿ ਰਿਸ਼ਵਤ ਲਈ ਹੈ ਜਾਂ ਨਹੀਂ। ਫਿਲਹਾਲ ਪੁਲਿਸ ਇਸ ਮਾਮਲੇ ਦੇ ਵਿੱਚ ਜਾਂਚ ਪੜਤਾਲ ਕਰ ਰਹੀ ਹੈ। ਅਸੀਂ ਸਰਕਾਰ ਦੇ ਵਿੱਚ ਹੈਗੇ ਹਾਂ, ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ, ਉਹਨਾਂ ਦੀ ਸਰਕਾਰ ਦੇ ਵਿੱਚ ਮੈਂ ਬਤੌਰ ਸੰਗਰੂਰ ਤੋਂ MLA ਹਾਂ ਔਰ ਮੇਰੀ ਰਿਸਪੋਂਸੀਬਿਲਟੀ ਹੈ ਕਿ ਮੈਂ ਆਪਣੇ ਇਲਾਕੇ ਦੇ ਲੋਕਾਂ ਦੇ, ਉਹਨਾਂ ਦੇ ਜਿਹੜੇ ਅਧਿਕਾਰ ਨੇ, ਉਹਨਾਂ ਦੇ ਜਿਹੜੇ ਉਹਨਾਂ ਦਾ ਜਿਹੜਾ ਮੈਂ ਉਹਨਾਂ ਨੂੰ ਸੇਫ ਰਹਿਣ, ਉਹਦੇ ਲਈ ਮੇਰੀ ਵੀ ਜਿਹੜੀ ਡਿਊਟੀ ਬਣਦੀ ਹੈ। ਸੋ ਅੱਜ ਮੈਨੂੰ ਥੋੜ੍ਹਾ ਟਾਈਮ ਪਹਿਲਾਂ, ਤਕਰੀਬਨ ਅੱਧਾ ਘੰਟਾ ਪਹਿਲਾਂ ਜਿਹੜੀ ਸ਼ਿਕਾਇਤ ਹੋਈ ਸੀਗੀ ਕਿ ਜਿਹੜੀ ਇਲੈਕਸ਼ਨ ਦੇ ਵਿੱਚ ਗੜਬੜ ਹੋ ਰਹੀ ਹੈ, ਕਿਸੇ ਤਰ੍ਹਾਂ ਦੀ ਜਿਹੜੀ ਕੋਈ ਪੈਸੇ ਦਾ ਜਿਹੜਾ ਕੋਈ ਲੈਣ ਦੇਣ ਹੈਗਾ, ਜਿਹਦਾ ਸਾਨੂੰ ਜਿਹੜਾ ਆਇਆ ਸੀਗਾ ਔਰ ਕਲੀਅਰ ਕੀਤਾ ਗਿਆ ਕਿ ਫੱਗੂਵਾਲ ਪਿੰਡ ਦਾ ਕੋਈ ਕੋਲਡ ਸਟੋਰ ਹੈਗਾ ਜਿੱਥੇ ਬੈਠ ਕੇ ਜਿਹੜੀ ਸਾਰੀ ਜਿਹੜੀ ਗੱਲਬਾਤ ਹੋਈ ਹੈ। ਔਰ ਮੈਨੂੰ ਜਿੰਨਾ ਮੈਨੂੰ ਜਿਹੜੇ ਮੁੰਡਿਆਂ ਨੇ ਪਿੱਛਾ ਵੀ ਕੀਤਾ, ਜਾ ਕੇ ਵੀ ਆਏ ਨੇ ਉਹ ਬੀ ਡੀ ਪੀ ਓ ਸਾਹਿਬ, ਉਦੋਂ ਬਾਅਦ 'ਚ ਮੇਲਾ ਦਾ ਟੋਲ ਪਲਾਜੇ ਤੱਕ ਜਾ ਕੇ ਉੱਥੋਂ ਫਿਰ ਵਾਪਸ ਉਹ ਐਸ ਡੀ ਐਮ ਆਫਿਸ ਵੀ ਆਏ ਨੇ। ਸੋ ਗੱਡੀ ਤੁਹਾਡੇ ਸਾਹਮਣੇ ਚੈੱਕ ਕੀਤੀ ਗਈ ਹੈ, ਪੁਲਿਸ ਆ ਜਿਹੜੀ ਉਹ ਇਨਵੈਸਟੀਗੇਸ਼ਨ ਜਿਹੜੀ ਕਰੂਗੀ। ਅਤੇ ਮੇਰਾ ਮੇਨ ਜਿਹੜਾ ਮੋਟਿਵ ਇਹ ਹੈਗਾ ਕਿ ਲੋਕਾਂ ਦੇ ਜਿਹੜੇ ਡੈਮੋਕ੍ਰੇਟਿਕ ਜਿਹੜਾ ਉਹਨਾਂ ਦਾ ਰਾਈਟ ਆ, ਲੋਕਤੰਤਰਿਕ ਜਿਹੜਾ ਉਹਨਾਂ ਦਾ ਅਧਿਕਾਰ ਆ ਚੋਣ ਲੜਨ ਦਾ, ਫੀਅਰ ਅਤੇ ਜਿਹੜੀ ਫੇਅਰ ਫਰੀ ਜਿਹੜੀ ਇਲੈਕਸ਼ਨ ਆ ਜਿਹੜੀ ਉਹ ਸੰਗਰੂਰ ਦੀ ਹੋਣੀ ਚਾਹੀਦੀ ਹੈ ਔਰ ਮੈਂ ਉਹਦਾ ਸਮਰਥਨ ਕਰਦੀ ਹਾਂ। ਔਰ ਇਹਦੇ ਲਈ ਅੱਜ ਦਾ ਜਿਹੜਾ ਇਹ ਘਟਨਾਕ੍ਰਮ ਹੈ, ਉਹ ਕੰਪਲੇਨੈਂਟ ਆ ਜਿਹੜਾ ਉਹ ਵੀ ਇੱਥੇ ਨਾਲ ਹੀ ਖੜ੍ਹੇ ਨੇ। ਸੋ ਮੈਂ ਕਹੂੰਗੀ ਕਿ ਇਹਦੀ ਜਿਹੜੀ ਤਫਤੀਸ਼ ਕਰਕੇ ਜਲਦ, ਦੇਖੋ ਤੁਸੀਂ ਬਿਆਨ ਲਈ ਨੇ,
ਜਿਹੜੇ ਉਹਨਾਂ ਦੇ ਆਪਣੇ ਬੀ ਡੀ ਪੀ ਓ ਭਵਾਨੀਗੜ੍ਹ ਦੇ ਦਫ਼ਤਰ ਦੇ ਸੈਕਟਰੀ ਨੇ ਉਹ ਡਰਾਈਵਰ ਦੇ ਤੌਰ 'ਤੇ ਸੀ ਤੁਹਾਡੇ ਸਾਹਮਣੇ ਬਿਆਨ ਆਈ ਚੁੱਕੇ ਨੇ ਕਿ ਇੱਥੇ ਤੱਕ ਗਏ ਸੀ ਉਹ ਗਾਂ ਉਹਨਾਂ ਨੂੰ ਨਹੀਂ ਲੈ ਕੇ ਜਾਂ ਇੱਥੇ ਆਏ ਨੇ। ਈਵਨ ਇੱਥੇ ਵੀ ਮੈਂ ਪਤਾ ਕੀਤਾ ਉਹ ਉਰੇ ਆ ਕੇ ਐਸ ਡੀ ਐਮ ਸਾਹਿਬ ਦੇ ਔਫਿਸ ਤੋਂ ਗਾਂ ਲੰਘੇ ਨੇ ਪਿੱਛੇ ਜਾ ਕੇ ਆਏ ਨੇ। ਸੋ ਇਹ ਸਾਰਾ ਕੁਛ ਜਿਹੜਾ ਹੈਗਾ ਤਫਤੀਸ਼ ਜਿਹੜੀ ਹੋਣੀ ਹੈ ਇਨਵੈਸਟੀਗੇਸ਼ਨ ਹੋਣੀ ਹੈ ਉਹ ਕਲੀਅਰ ਹੋ ਜਾਵੇ। ਸੈਕਿੰਡ ਅਸੀਂ ਇਹ ਕਿਹਾ ਵੀ ਕੋਲਡ ਸਟੋਰ ਤੋਂ ਆਏ ਨੇ ਉੱਥੇ ਕੌਣ ਕੌਣ ਬੰਦਾ ਗਿਆ ਸੀਗਾ ਅਤੇ ਕਿਹੜੀਆਂ ਕਿਹੜੀਆਂ ਕਿਹਦੀਆਂ ਕਿਹਦੀਆਂ ਗੱਡੀਆਂ ਗਈਆਂ ਸੀ ਅਤੇ ਉੱਥੇ ਜਿਹੜੇ ਬੰਦੇ ਸੀਗੇ ਉਹ ਜਿਹੜੇ ਬੀ ਡੀ ਪੀ ਓ ਸਾਹਿਬ ਦੀ ਜਿਹੜੀ ਮੋਬਾਈਲ ਦੀ ਜਿਹੜੀ ਉਹ ਕਢਾ ਲੈਣ, ਪਤਾ ਲੱਗ ਜੂ ਵੀ ਉੱਥੇ ਗਏ ਨੇ ਕਿ ਨਹੀਂ ਗਏ ਹੈਗੇ। ਸੋ ਮੈਂ ਫਿਰ ਕਹਿੰਦੀ ਹਾਂ ਕਿ ਮੈਂ ਇੱਕ ਜ਼ਿੰਮੇਵਾਰ ਅਹੁਦੇ ਦੇ ਉੱਤੇ ਬੈਠੀ ਹਾਂ, ਕੋਈ ਵੀ ਗੱਲ ਆ ਜਿਹੜੀ ਬੇਵਜ੍ਹਾ ਕਿਸੇ ਦੇ ਕਹਿਣ 'ਤੇ ਜਾਂ ਉੱਠ ਕੇ ਆਉਣ 'ਤੇ, ਮੈਨੂੰ ਵੀ ਪਤਾ ਕਿ ਮੇਰੇ ਮੋਢਿਆਂ 'ਤੇ ਮੇਰੇ ਹਲਕੇ ਦੇ ਲੋਕਾਂ ਨੇ ਕਿੱਡੀ ਵੱਡੀ ਜ਼ਿੰਮੇਵਾਰੀ ਦਿੱਤੀ ਆ। ਸੋ ਮੈਂ ਮਾਣਯੋਗ ਮੁੱਖ ਮੰਤਰੀ ਸਾਹਿਬ ਨੂੰ ਵੀ ਤੁਹਾਡੇ ਜ਼ਰੀਏ ਔਰ ਮੈਂ ਆਪ ਵੀ ਉਹਨਾਂ ਨੂੰ ਫੋਨ ਕਰਕੇ ਮੈਂ ਇਸ ਚੀਜ਼ ਨੂੰ ਜਿਹੜਾ ਉਹਨਾਂ ਦੇ ਧਿਆਨ 'ਚ ਲਿਆਉਂਗੀ ਔਰ ਪ੍ਰਸ਼ਾਸਨ ਨੂੰ ਵੀ ਮੈਂ ਬੇਨਤੀ ਕਰਦੀ ਹਾਂ ਕਿ ਇਹਨੂੰ ਮਸਲੇ ਨੂੰ ਜਿਹੜਾ ਕਲੀਅਰ ਕੀਤਾ ਜਾਵੇ। ਇਹ ਜਿਹੜੀਆਂ ਜਿਹੜੇ ਇੱਦਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਉਹਨਾਂ ਕਰਕੇ ਜਿਹੜੇ ਕੋਈ ਵੀ ਲੀਡਰ ਆ ਜਿਹੜੇ ਬਦਨਾਮ ਹੁੰਦੇ ਆ। ਸੋ ਮੇਰੀ ਕਿਸੇ ਤਰ੍ਹਾਂ ਦੀ ਸਰਕਾਰੀ ਗੱਡੀ ਲੈ ਕੇ ਤੁਸੀਂ ਚੋਣ ਜਾਬਤਾ ਲੱਗਿਆ ਹੋਇਆ ਜੀ ਕਿਵੇਂ ਲੈ ਕੇ ਜਾ ਸਕਦੇ ਹੋ? ਜਾਣਕਾਰੀ ਮਿਲੀ ਹੈ ਕਿ ਟੋਲ ਪਲਾਜ਼ਾ ਤੱਕ ਗੱਡੀ ਇਹ ਜਿਹੜੇ ਚਲਾਕੇ ਗਏ ਨੇ ਸਰਕਾਰੀ ਡਰਾਈਵਰ ਨੇ, ਉਹਨਾਂ ਨੇ ਚਲਾਈ ਹੈ, ਬਾਅਦ ਚ ਉਹਨਾਂ ਨੇ ਆਪ ਚਲਾਈ ਹੈ। ਤੁਹਾਡੇ ਸਾਹਮਣੇ ਬਿਆਨ ਨੇ ਜੀ, ਹੁਣ ਮੈਨੂੰ ਜਿੰਨਾ ਕੁ ਡਾਊਟ ਸੀਗਾ ਹੁਣ ਉੱਥੇ ਤੇ ਆ ਕੇ ਇੱਧਰ ਉੱਧਰ ਹੋਇਆ ਸਿਸਟਮ ਜਾਂ ਇੱਥੇ ਆ ਕੇ ਇੱਧਰ ਉੱਧਰ ਹੋਇਆ ਉਹ ਕਲੀਅਰ ਹੋ ਜਾਣਾ ਤਾਂ ਵੈਸੇ ਹੁਣ ਪੁਲਿਸ ਦੇ ਹੱਥ ਹੁਣ ਜਿੰਨੀ ਜਲਦੀ ਮੈਂ ਬਿਲਕੁਲ ਜੀ ਜਾਂਚ ਦਾ ਵਿਸ਼ਾ ਤੁਹਾਡੇ ਤਰ੍ਹਾਂ ਮੈਨੂੰ ਵੀ ਇਹ ਆ ਕਿ ਮੈਂ ਜਿਹੜਾ ਕੋਈ ਸਵਾਲ ਉਠਾਏ ਨੇ ਜਾਂ ਕੋਈ ਮੈਂ ਇੱਕ ਜ਼ਿੰਮੇਵਾਰ ਅਹੁਦੇ ਦੇ ਹੋ ਕੇ ਇਹ ਚੀਜ਼ਾਂ ਉਠਾਈਆਂ ਨੇ ਤਾਂ ਉਹ ਜਿਹੜਾ ਕਲੀਅਰ ਹੋਣਾ ਚਾਹੀਦਾ ਕਿ ਇਹਦੇ ਪਿੱਛੇ ਜਿਹੜਾ ਕੀ ਆ ਦੁੱਧ ਦਾ ਦੁੱਧ ਜਿਹੜਾ ਉਹ ਹੋਣਾ ਚਾਹੀਦਾ ਔਰ ਲੋਕਾਂ ਨੂੰ ਇਹ ਚੀਜ਼ ਪਤਾ ਲੱਗੇ। ਦੇਖੋ ਪੁਲਿਸ ਨੇ ਇਨਵੈਸਟੀਗੇਸ਼ਨ ਕਰਨੀ ਆ, ਦੁੱਧ ਦਾ ਦੁੱਧ ਪਾਣੀ ਦਾ ਪਾਣੀ ਲੋਕਾਂ ਦੇ ਸਾਹਮਣੇ ਕਰਨ, ਬਣਦੀ ਜਿਹੜੀ ਕਾਨੂੰਨੀ ਕਾਰਵਾਈ ਆ ਉਹ ਕਾਨੂੰਨੀ ਕਾਰਵਾਈ ਕਰਨ ਤਾਂ ਜੋ ਲੋਕਾਂ ਦਾ ਲੋਕਤੰਤਰ ਦੇ ਉੱਤੇ ਜਿਹੜਾ ਲੀਡਰਾਂ ਦੇ ਉੱਤੇ ਜਿਹੜੀ ਪੋਲੀਟੀਸ਼ੀਅਨ ਨੇ ਜਿਹੜੀ ਬਿਊਰੋਕਰੇਸੀ ਹੈ ਉਹਨਾਂ ਦੇ ਉੱਤੇ ਜਿਹੜਾ ਵਿਸ਼ਵਾਸ ਹੈ ਉਹ ਬਣੇ, ਜਿਹੜਾ ਕਿ ਦਿਨ ਪਰ ਦਿਨ ਟੁੱਟਦਾ ਜਾ ਰਿਹਾ ਘੱਟਦਾ ਜਾ ਰਿਹਾ, ਜਿਹੜਾ ਕਿ ਬਹੁਤ ਹੀ ਘਾਤਕ ਹੈ ਇਹ ਚੀਜ਼, ਜਦੋਂ ਕਿ ਲੋਕਾਂ ਦਾ ਵਿਸ਼ਵਾਸ ਹੀ ਇਹਨਾਂ ਚੀਜ਼ਾਂ ਦੇ ਉੱਤੇ ਜਿਨ੍ਹਾਂ ਨੇ ਕਿ ਸਾਰੇ ਸਿਸਟਮ ਨੂੰ ਚਲਾਉਣਾ ਰਨ ਕਰਨਾ। ਸੋ ਉਹਨਾਂ ਦਾ ਵਿਸ਼ਵਾਸ ਜਿਹੜਾ ਬਣਨਾ ਚਾਹੀਦਾ ਇਹ ਕਲੀਅਰ ਹੋਣਾ ਚਾਹੀਦਾ। ਬਿਲਕੁਲ ਜੀ, ਮੈਂ ਤਾਂ ਕਹਿ ਰਹੀ ਹਾਂ ਵੀ ਮੈਂ ਚਲੋ ਸਰਕਾਰ ਆ, ਮੈਂ ਮੌਕੇ ਦੀ MLA ਹਾਂ, ਮੈਂ ਫੋਨ ਕਰ ਰਹੀ ਹਾਂ ਬੀ ਡੀ ਪੀ ਓ ਸਾਹਿਬ ਨੂੰ ਵੀ ਭਾਈ ਮੇਰੇ ਕੋਲ ਲੋਕ ਆ ਰਹੇ ਨੇ, ਤੁਸੀਂ ਕਿੱਥੇ ਹੋ, ਤੁਸੀਂ ਦਫ਼ਤਰ ਕਿਉਂ ਨਹੀਂ ਬੈਠ ਰਹੇ, ਤੁਹਾਡੇ ਪਟਵਾਰੀ ਕਿੱਥੇ ਨੇ ਸੰਮਤੀ ਦੇ, ਤੁਹਾਡੇ ਬੰਦੇ ਸਾਰੇ ਕਿੱਥੇ ਨੇ, ਫੋਨ ਬੰਦ ਕਰਕੇ ਕਿੱਥੇ ਭੱਜੇ ਹੋਏ ਹੋ ਸਾਰੇ, ਮੈਂ ਪੁੱਛ ਰਹੀ ਹਾਂ ਇਹਨਾਂ ਨੂੰ, ਮੈਨੂੰ ਦੱਸਣ ਕਿੱਥੇ ਨੇ। ਈਵਨ ਮੈਂ DC ਸਾਹਿਬ ਨੂੰ ਦੱਸਿਆ, ਮੈਂ ਕਿਹਾ ਜੀ BDPO ਹੈ ਨਹੀਂ ਆਪਣੇ ਦਫ਼ਤਰ ਦੇ ਵਿੱਚ, ਮੈਂ SDM ਸਾਹਿਬ ਨੂੰ ਦੱਸਿਆ ਜੀ, ਮੈਂ ਕਿਹਾ BDPO ਸਾਹਿਬ ਅਤੇ ਉਹਨਾਂ ਦੇ ਅਧਿਕਾਰੀ ਉੱਥੇ ਹੈ ਨਹੀਂ ਗੇ, ਕਿਉਂ ਨਹੀਂ ਹੈਗੇ ਉੱਥੇ, ਲੋਕ ਉੱਥੇ ਇਕੱਠੇ ਹੋ ਰਹੇ ਨੇ ਇੱਕ ਦੂਜੇ ਦੇ ਕੱਪੜੇ ਪਾੜ ਰਹੇ ਨੇ, ਹੈ ਗੱਲ ਹੈ ਕੋਈ ਜ਼ਿੰਮੇਵਾਰ ਕੌਣ ਹੈ? ਜ਼ਿੰਮੇਵਾਰ ਤਾਂ ਉੱਥੋਂ ਦਾ MLA ਹੋਊਗਾ ਨਾ, ਉੱਥੋਂ ਦਾ ਲੀਡਰ ਹੋਊਗਾ। ਜਦੋਂ ਤੁਹਾਡੇ ਕੋਲ ਇਲਜ਼ਾਮ ਲੱਗੇ ਨੇ ਉਦੋਂ ਤੁਸੀਂ ਕਾਲ ਕੀਤੀ ਆ? ਮੈਂ ਕਿਸੇ ਨੂੰ ਕਾਲ ਨਹੀਂ ਕੀਤੀ ਜੀ, ਮੈਂ ਉਹਨਾਂ ਬੰਦਿਆਂ ਨੂੰ ਲੈ ਕੇ ਜਦੋਂ ਮੈਨੂੰ ਪਤਾ ਲੱਗਿਆ, ਕਿਉਂਕਿ ਜਿੰਨਾ ਤੁਸੀਂ ਇਹਦਾ ਖਲਾਰਾ ਪਾਓਗੇ ਉਹ ਚੀਜ਼ਾਂ ਜਿਹੜੀਆਂ ਆਊਟ ਹੋ ਜਾਂਦੀਆਂ ਨੇ। ਠੀਕ ਹੈ, ਸੋ ਮੈਂ ਤੁਹਾਨੂੰ ਇੱਥੇ ਲੈ ਕੇ ਆਈ ਹਾਂ ਅਤੇ ਮੈਨੂੰ ਹੁਣ ਇੱਥੇ ਤੁਹਾਡੇ ਸਾਹਮਣੇ ਜਿਹੜਾ ਕਲੀਅਰ ਹੋਇਆ ਕਿ ਜਿਹੜਾ ਨਾਲ ਡਰਾਈਵਰ ਸੀ ਜੋ ਸੈਕਟਰੀ ਨੇ ਸਾਡੇ ਇਹਦੇ ਵੀਡੀਓ ਦਫ਼ਤਰ ਦੇ, ਉਹਨਾਂ ਨੂੰ ਇੱਥੇ ਛੱਡ ਕੇ ਗਾਂ ਜਾ ਕੇ ਨੇ ਅਤੇ ਉੱਥੋਂ ਇਕੱਲੇ ਵਾਪਸ ਜਿਹੜੇ ਇੱਥੇ ਆਏ ਨੇ। ਸੋ ਇਹ ਕਲੀਅਰ ਇਨਵੈਸਟੀਗੇਸ਼ਨ ਦਾ ਪਾਰਟ ਆ, ਇਨਵੈਸਟੀਗੇਸ਼ਨ ਹੋ ਜੇ ਅਤੇ ਲੋਕਾਂ ਨੂੰ ਠੀਕ ਠੀਕ ਜਿਹੜੇ ਸਿਸਟਮ ਜਿਹੜਾ ਚੱਲਦਾ, ਜਿਹੜੀਆਂ ਇੱਦਾਂ ਦੀਆਂ ਘਟਨਾਵਾਂ ਹੁੰਦੀਆਂ ਨੇ ਇਹਦੇ ਨਾਲ ਜਿਹੜਾ ਸਾਡਾ ਜਿਹੜਾ ਲੀਡਰਾਂ ਦਾ ਵੀ ਜਿਹੜਾ ਅਕਸ਼ ਖਰਾਬ ਹੁੰਦਾ ਔਰ ਸਰਕਾਰ ਦੀ ਵੀ ਜਿਹੜੀ ਬਦਨਾਮੀ ਹੁੰਦੀ ਆ। ਸੋ ਮੈਂ
ਇਕੱਲਾ ਇਹੀ ਨਹੀਂ, ਅੱਜ ਸਵੇਰ ਦੀ ਮੈਂ ਮਾਣਯੋਗ BDPO ਸਾਹਿਬ ਨੂੰ ਮੈਂ ਫੋਨ 'ਤੇ ਫੋਨ ਮੈਂ ਕਰ ਰਹੀ ਹਾਂ, ਕਿਉਂਕਿ ਮੇਰੇ ਕੋਲ ਲੋਕ, ਤੁਸੀਂ ਦੇਖੋ ਅੱਜ ਜਾ ਕੇ ਪਤਾ ਕਰੋ ਮੇਰੇ ਕੋਲ ਕਿੰਨਾ ਰਸ ਸੀਗਾ ਲੋਕਾਂ ਨੂੰ, ਜਿਨ੍ਹਾਂ ਨੂੰ ਉੱਥੋਂ ਕੋਈ ਬੰਦਾ ਨਹੀਂ ਮਿਲਦਾ, ਕੋਈ ਪਟਵਾਰੀ ਨਹੀਂ ਮਿਲਦਾ, ਕੋਈ BDPO ਸਾਹਿਬ ਆਪ 3 ਵਜੇ ਦੇ ਲਾਪਤਾ ਨੇ, ਲੋਕ ਘੁੰਮਦੇ ਫਿਰਦੇ ਨੇ, ਬਦਨਾਮੀ ਕਿਹਦੀ ਹੁੰਦੀ ਆਫਟਰ ਆਲ MLA ਦੀ, ਸਰਕਾਰ ਦੀ। ਲਖਵਿੰਦਰ ਸਿੰਘ ਖੜਾ ਮੇਰੇ ਨਾਲ ਮੁੰਡਾ ਸਾਡਾ ਕੰਪਲੇਨੈਂਟ ਇੱਥੇ ਖੜਾ। ਨਹੀਂ ਦੇਖੋ ਮੈਂ ਇਹ ਨਹੀਂ ਕਹਿ ਸਕਦੀ, ਤੁਹਾਡੇ ਸਾਹਮਣੇ ਹੀ ਹੈ, ਮੈਂ ਤਾਂ ਚੈੱਕ ਕਰਾਇਆ ਤੇ ਪੁਲਿਸ ਉਰੇ ਵੀ ਖੜੀ ਆ। BDPO ਜਿਹੜਾ ਆਪਣਾ ਬਲਜੀਤ ਸਿੰਘ ਸੋਹੀ, ਉਹ ਜਿਹੜੇ ਹੈਗੇ ਨੇ ਸੰਗਰੂਰ ਦੇ, ਭਵਾਨੀਗੜ੍ਹ ਦੇ ਸੋਰੀ ਮੌਕੇ ਦੇ, ਸੋ ਉਹਨਾਂ 'ਤੇ ਜਿਹੜੇ ਇਤਰਾਜ਼ ਲੱਗੇ ਨੇ, ਮੈਂ ਕਹਿਣਾ ਚਾਹੁੰਦੀ ਹਾਂ ਕਿ ਪ੍ਰਸ਼ਾਸਨ ਨੂੰ ਵੀ ਕਿ ਇਹਨੂੰ ਕਲੀਅਰ ਕਰਾਇਆ ਜਾਵੇ, ਤਾਂ ਜੋ ਜਿਹੜੀ ਸਾਡੇ 'ਤੇ ਜਿਹੜਾ ਧੱਬਾ ਲੱਗਦਾ, ਸਾਡੇ 'ਤੇ ਜਿਹੜੇ ਇੱਦਾਂ ਦੇ ਜਿਹੜੇ ਲਾਂਛਣ ਲੱਗਦੇ ਨੇ, ਸਾਡੀ ਜਿਹੜੀ ਬਦਨਾਮੀ ਹੁੰਦੀ ਆ, ਸਰਕਾਰ ਦੀ ਜਿਹੜੀ ਬਦਨਾਮੀ ਹੁੰਦੀ ਆ, ਉਹ ਕਲੀਅਰ ਹੋਣੀ ਚਾਹੀਦੀ। ਔਰ ਮੈਂ ਇਸ ਪਿੰਡ ਨੂੰ ਲੈ ਕੇ ਜਿਹੜੀ ਹੈਗੀ ਆ, ਫੱਗੂਵਾਲ ਪਿੰਡ ਨੂੰ ਲੈ ਕੇ, ਫੱਗੂਵਾਲ ਪਿੰਡ ਨੂੰ ਲੈ ਕੇ ਜਿਹੜੀ ਕੰਪਲੇਂਟ ਹੋਈ ਹੈ। ਤੁਹਾਡਾ ਨਾਮ ਕੀ ਹੈ ਭਾਜੀ? ਲਖਵਿੰਦਰ ਸਿੰਘ ਜੀ। ਲਖਵਿੰਦਰ ਜੀ, ਕੀ ਤੁਹਾਨੂੰ ਸ਼ਿਕਾਇਤ ਮਿਲੀ ਆ, ਕਿਸ ਪੱਧਰ ਦੇ ਉੱਪਰ ਤੁਹਾਨੂੰ ਲੈ ਕੇ ਸ਼ਿਕਾਇਤ ਮਿਲੀ ਹੈ, ਤੇ ਰਿਸ਼ਵਤ ਕਿੰਨੀ ਸੀ ਜੋ ਤੁਹਾਨੂੰ ਜਾਣਕਾਰੀ ਮਿਲੀ ਹੈ? ਦੇਖੋ ਰਿਸ਼ਵਤ ਬਾਰੇ ਨਹੀਂ, ਅੰਦਰੋਂ ਨਿਕਲੇ ਨੇ ਕੋਲਡ ਸਟੋਰ ਚੋਂ, ਅੰਦਰ ਤਾਂ ਨਹੀਂ ਅਸੀਂ ਗਏ, ਨਿੱਜੀ ਕੋਲਡ ਸਟੋਰ ਦੇ ਜਿੱਥੇ ਇਹ ਬੈਠੇ ਤੇ, ਸਾਡੇ ਪਿੰਡ ਫੱਗੂ ਵਾਲੇ, ਅਸੀਂ ਤਾਂ ਆਪਣੇ ਵੋਟਾਂ ਵਾਸਤੇ ਉੱਧਰ ਫਿਰਦੇ ਤੇ, ਇਹ ਉੱਥੇ ਬੈਠੇ ਸੀ, ਉੱਥੋਂ ਇਹ ਨਿਕਲੇ ਨੇ ਕਾਰ ਲੈ ਕੇ। ਤੁਹਾਨੂੰ ਕਿਉਂ ਲੱਗਿਆ ਮਨਸਾ? ਹੁਣ ਤੁਸੀਂ ਆਪ ਹੀ ਹਿਸਾਬ ਲਾ ਲਓ ਵੀ ਇਹ ਕਿੰਨੇ ਟਾਈਮ ਤੋਂ ਗੈਪ ਨੇ ਕੀ ਕਰ ਰਹੇ ਨੇ, ਮਨਸਾ ਤਾਂ ਹੁਣ ਇਹਨਾਂ ਨੂੰ ਪਤਾ ਹੋਊਗਾ ਨਾ। ਕਿਉਂ ਲੱਗਿਆ ਜੀ ਕੈਂਡੀਡੇਟ ਦੇ ਵੱਲੋਂ ਜਿਹੜੀ ਰਿਸ਼ਵਤ ਦਿੱਤੀ ਗਈ ਆ, ਜਾਂ ਕੀ ਤੁਹਾਡੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ? ਗੜਬੜ ਹੁਣ ਤੁਸੀਂ ਯਾਰ ਪੱਤਰਕਾਰ ਹੋ ਬਾਈ ਸਾਹਿਬ, ਆਪ ਸਾਰੇ ਹਿਸਾਬ ਲਾ ਲਓ ਵੀ ਕਾਹਤੋਂ ਆਊਗਾ ਪ੍ਰਾਈਵੇਟ ਜਗ੍ਹਾ ਤੋਂ। ਸ਼ਿਕਾਇਤ ਤਾਂ ਬਾਈ ਕਰਾਂਗੇ ਅਸੀਂ ਜਦੋਂ ਕਿਸੇ ਨਿੱਜੀ ਚੀਜ਼ ਤੋਂ ਨਿਕਲਣਗੇ BDO ਸਾਹਿਬ ਨੇ, ਇੱਥੇ ਸਾਨੂੰ ਇਹ ਮਤਲਬ ਕੌਣ ਵੇਚਦੀ ਗਾ ਉਹ ਨੀ ਮੈਨੂੰ ਪਤਾ, ਨਹੀਂ ਸਾਨੂੰ ਪੈਸੇ ਦਾ ਨੀ ਨਾ ਪਤਾ ਵੀ ਕੀ ਕਾਰਨ ਨੂੰ ਦਿੱਤੇ ਗਏ ਨੇ, ਅੰਦਰ ਕੀ ਹੋਇਆ, ਅੰਦਰਲੀ ਗੱਲ ਨਹੀਂ ਨਾ ਅਗਲੀ ਦੀ, ਆਪਾਂ ਨੂੰ ਪਤਾ ਵੀ ਉਹਨੇ ਕਿੰਨੇ ਦਿੱਤੇ ਨੇ ਕਿੰਨੇ ਨਹੀਂ ਦਿੱਤੇ ਨੇ। ਪ੍ਰਸ਼ਾਸਨ ਇੱਥੇ ਸੀ, ਮੀਡੀਆ ਸੀ, ਤਾਂ ਤੁਹਾਡੇ ਮੁਤਾਬਕ ਤੁਹਾਨੂੰ ਲੱਗਦਾ ਵੀ ਇਹ ਗੱਡੀ 'ਚ ਪੈਸੇ ਹੋਣੇ ਚਾਹੀਦੇ ਸੀ, ਲੇਕਿਨ ਹੋਏ ਨਹੀਂ? ਵੀਰੇ ਜਿਹੜੇ ਹਿਸਾਬ ਨਾਲ ਇਹ ਉੱਥੋਂ ਨਿਕਲੇ ਨੇ, ਜਾਂ ਉਹ ਹਿਸਾਬ ਨਾਲ ਇਹਦੇ ਵਿੱਚ ਹੋਣਾ ਚਾਹੀਦਾ, ਜਦੋਂ ਉੱਥੋਂ ਕੁਛ ਤਾਂ ਲੈ ਕੇ ਆਏ ਹੋਣੇ ਨਾ, ਕਿਉਂ ਜਾਊਗਾ ਕਿਸੇ ਦੀ ਨਿੱਜੀ ਜਗ੍ਹਾ 'ਤੇ ਅਗਲਾ? ਤੁਸੀਂ ਦੇਖਿਆ ਤਾਂ ਮੋਬਾਈਲ ਦੀ ਟਰੇਸਿੰਗ ਵੀ ਹੋਣੀ ਚਾਹੀਦੀ ਹੈ, ਕਿਉਂਕਿ GSM ਜਿਹੜਾ ਹੈਗਾ ਕਿਤੇ ਨਾ ਕਿਤੇ ਪਤਾ ਲੱਗਦਾ ਵੀ ਹਾਂ ਬੰਦਾ ਕਿੱਥੇ ਕਿੱਥੇ ਲੋਕੇਸ਼ਨ ਦੇਖਿਆ ਵੀਰੇ ਅਸੀਂ ਨੇ ਉੱਥੋਂ ਨਿਕਲਦਾ। ਦੇਖੋ ਉੱਥੋਂ ਹੀ ਅਸੀਂ ਇਹਨਾਂ ਦੇ ਮਗਰ ਆਏ, ਮੰਗ ਕਰਦੇ ਹੋ ਵੀ ਮੋਬਾਈਲ ਦੀ ਟਰੇਸਿੰਗ? ਹਾਂ ਮੰਗ ਕਰਦੇ। ਓਕੇ।
ਮੇਰਾ ਨਾਮ ਬਲਜੀਤ ਸਿੰਘ ਸੋਹੀ ਹੈ, ਮੈਂ ਬੀਡੀਪੀ ਭਵਾਨੀਗੜ 19-8 ਨੂੰ ਲੱਗਿਆ ਹੈਗਾ। ਠੀਕ ਹੈ ਜੀ। ਮੇਰੀ 24 ਸਾਲ ਦਾ ਕੈਰੀਅਰ ਹੋ ਚੁੱਕਿਆ, ਇਹ ਫਸਟ ਟਾਈਮ ਹੋ ਗਿਆ ਜਿਹੜਾ ਇੰਸਟੈਂਸ ਹੈ ਜਿਹੜੀ ਮੇਰੀ ਲਾਈਫ 'ਚ ਹੋਇਆ। ਮੇਰੀ ਗੱਡੀ ਨੂੰ ਘੇਰਿਆ ਗਿਆ, ਬਕਾਇਦਾ ਮੇਰੀ ਕੀ ਵੀ ਖੋਈ ਗਈ ਗੱਡੀ ਦੀ। ਉੱਥੇ ਕੀ ਖੋਲਣ ਤੋਂ ਬਾਅਦ ਫਿਰ ਮੈਂ ਇਹਨਾਂ ਨੂੰ ਰਿਕੁਐਸਟ ਕੀਤੀ ਵੀ SDM ਦਫ਼ਤਰ ਆ ਜਾਓ ਵੀ ਜਿਹੜਾ ਵੀ ਕੁਛ ਤੁਸੀਂ ਚੈੱਕ ਕਰਾਉਣਾ ਚਾਹੁੰਦੇ ਹੋ, ਮੈਨੂੰ ਕੋਈ ਇਤਰਾਜ਼ ਨਹੀਂ ਹੈਗਾ। ਨਹੀਂ, ਮੈਂ ਨੋਰਮਲੀ ਟੀਨਿੰਗ 'ਚ ਆਪਦਾ ਸ਼ਾਮ ਨੂੰ ਘਰ ਜਾ ਰਿਹਾ ਸੀਗਾ ਜੀ, ਕਿਉਂਕਿ ਲੇਟ ਸੀ ਅਸੀਂ, ਅੱਜ ਕਾਫੀ ਲੇਟ ਸੀਗੇ। ਉਹਦੇ 'ਚ ਇਹਨਾਂ ਦੇ ਵੱਲੋਂ ਕੁਛ ਕਿਹਾ ਗਿਆ ਵੀ ਮੈਂ ਫਲਾਣੇ ਬੰਦੇ ਨੂੰ ਮਿਲ ਨਹੀਂ ਸਕਦਾ, ਇਹ ਫਾਲਸ ਐਲੀਗੇਸ਼ਨ ਨੇ। ਔਰ ਮੇਰੀ ਲਾਈਫ ਦੇ ਵਿੱਚ, ਕੈਰੀਅਰ ਦੇ ਵਿੱਚ ਕਦੇ ਵੀ ਕੋਈ ਇਨਕੁਆਇਰੀ ਪੈਂਡਿੰਗ ਨਹੀਂ ਹੈਗੀ। ਮੈਂ ਕੋਲਡ ਸਟੋਰ 'ਚ ਕੀ ਕਰਨ ਗਏ ਸੀ ਹਾਂਜੀ, ਕੋਲਡ ਸਟੋਰ 'ਚ ਕੀ ਕਰਨ ਗਏ ਸੀ ਸਰ ਤੁਸੀਂ ਉੱਥੇ? ਨਹੀਂ, ਮੈਂ ਗਿਆ ਸੀ। ਮੇਰਾ, ਮੈਂ ਤੁਹਾਨੂੰ ਦੱਸਦਾ ਜੀ, ਮੇਰੇ ਇੱਥੇ ਰਿਲੇਸ਼ਨਸ ਹੈਗੇ ਆ। ਦੇਖੋ, ਮੇਰੇ ਇੱਥੇ ਨਾਨਕਾ ਆਪਣਾ ਪਰਿਵਾਰ ਰਹਿੰਦਾ ਜੀ, ਸਾਰਾ ਰਹਿੰਦਾ, ਮੇਰੇ ਰਿਲੇਸ਼ਨਸ ਹੈਗੇ, ਮੈਂ ਕਿਸੇ ਨੂੰ ਮਿਲ ਨਹੀਂ ਸਕਦਾ ਆਪਣੀ ਪ੍ਰਾਈਵੇਟ ਲਾਈਫ 'ਚ ਜੀ। ਤਾਂ ਮੇਰੀ, ਪਰ ਇਹ ਦੱਸਣ ਵੀ ਮੈਂ ਕਿਸੇ ਜਾਂ ਕੈਂਡੀਡੇਟ ਨੂੰ ਮਿਲਿਆ ਹੋਵਾਂ ਜਾਂ ਕਿਸੇ ਨੂੰ ਮਿਲਿਆ ਹੋਵਾਂ, ਉਹ ਗੱਲ ਅਲੱਗ ਹੋ ਸਕਦੀ ਹੈ। ਮੈਂ ਕਿਸੇ ਦੇ, ਨਾ ਕਿਸੇ ਦੇ ਕੈਂਡੀਡੇਟ ਦੇ ਘਰੇ ਗਿਆ, ਨਾ ਕਿਸੇ ਦੇ ਹੋਰ, ਮੇਰੇ ਰਿਲੇਸ਼ਨਸ ਪੁਰਾਣੇ ਨੇ। ਸੋਹੀ ਸਾਹਿਬ, ਤੁਹਾਡੇ ਉੱਪਰ ਇਲਜ਼ਾਮ MLA ਸੰਗਰੂਰ ਦੇ ਵੱਲੋਂ ਲਗਾਏ ਗਏ ਨੇ, ਕਦੇ ਵੀ ਨਹੀਂ ਹੋ ਸਕਦਾ। ਮੈਂ ਸਤਿਕਾਰਯੋਗ ਮੇਰੇ ਮੈਡਮ ਨੇ, ਉਹਨਾਂ ਨੂੰ ਕਿਸੇ ਨੇ ਗਲਤ ਕੰਪਲੇਂਟ ਕਰਤੀ ਹੈ, ਪਰ ਸਾਡੇ ਲਈ ਉਹ ਸਤਿਕਾਰਯੋਗ MLA ਨੇ। ਅਸੀਂ, ਮੈਂ ਸੰਗਰੂਰ ਤੋਂ ਆ ਰਿਹਾ ਸੀ ਐਕਚੁਅਲੀ, ਸੰਗਰੂਰ ਤੋਂ ਆ ਕੇ ਮੈਂ ਇਹਨੂੰ, ਮੇਰੇ ਉਹਦਾ ਫਰੈਂਡ ਦਾ ਫੋਨ ਆ ਗਿਆ, ਮੈਂ ਉਹਨੂੰ ਮਿਲ ਚਲਾ ਗਿਆ, ਦਸ ਮਿੰਟ ਮੈਂ ਉੱਥੇ ਲਾਏ, ਨਾਲ ਦੀਆਂ ਮੈਂ ਨਿਕਲਿਆ। ਇਲਜ਼ਾਮ ਇੱਕ ਹੋਰ ਵੀ ਨੇ ਕਿ ਤੁਸੀਂ SDM ਆਫਿਸ ਆ ਕੇ ਪਹਿਲਾਂ ਬਾਹਰ ਗਏ ਹੋ ਪ੍ਰਾਈਵੇਟ ਜਗ੍ਹਾ ਦੇ ਉੱਪਰ। ਨੋ, ਮੈਂ ਕਿਤੇ ਵੀ ਨਹੀਂ, ਕੈਮਰੇ ਲੱਗੇ ਹੋਏ ਨੇ। ਮੈਂ ਪਿੱਛੇ SDM ਆਫਿਸ ਦੇ ਵਿੱਚ ਕਲਰਕ ਕੋਲ ਆਪਦਾ ਫੋਨ ਚਾਰਜ ਕਰਾਉਣ ਲਈ ਗਿਆ ਸੀਗਾ, ਉਹਨਾਂ ਕੋਲ ਕੇਬਲ ਨਹੀਂ ਸੀਗੀ, ਮੈਂ ਉੱਥੇ ਬੈਠਾ ਸੀਗਾ, ਮੈਂ ਨਾਲ ਦੀ ਨਾਲ ਵਾਪਸ ਆ ਗਿਆ। ਮੇਰੇ ਸਰ MLA ਸਾਹਿਬ ਤੁਹਾਨੂੰ ਕੱਲ ਦੇ ਫੋਨ ਕਰ ਰਹੇ, ਤੁਸੀਂ ਫੋਨ ਕਿਉਂ ਨਹੀਂ ਪਿੱਕ ਕਰ ਰਹੇ ਉਹਨਾਂ ਦੇ? ਮੇਰੀ ਕੋਈ ਮਜਬੂਰੀ ਸੀਗੀ ਜੀ, ਮੈਂ ਨਹੀਂ ਪਿੱਕ ਕੀਤਾ ਜੀ। ਸਰ, ਇੱਕ ਹੋਰ ਇਲਜ਼ਾਮ ਨੇ ਕਿ ਤੁਸੀਂ ਅੱਜ ਆਫ ਡਿਊਟੀ ਸੀ, ਤੁਸੀਂ ਪੂਰਾ ਸਮਾਂ ਆਪਣੇ ਦਫ਼ਤਰ ਦੇ ਵਿੱਚ ਆਪਣੀ ਸੀਟ ਦੇ ਉੱਪਰ ਨਹੀਂ ਸੀ। ਬਿਲਕੁਲ ਨਹੀਂ, ਇਹ ਗਲਤ ਗੱਲ ਹੈ ਜੀ, ਮੈਂ ਬਿਲਕੁਲ ਆਪਦੇ ਆਫਿਸ 'ਚ ਰਿਹਾ, ਮੇਰਾ ਆਫਿਸ ਚੈੱਕ ਕਰ ਲਿਆ ਜੀ। ਠੀਕ, ਓਕੇ, ਥੈਂਕ ਯੂ। ਹਰਜਿੰਦਰ ਸਿੰਘ ਬਾਲੀ, ਪੰਚਾਇਤ ਸੈਕਟਰੀ ਭਵਾਨੀਗੜ੍ਹ ਜੀ। ਬਸ ਮੈਂ ਤਾਂ ਇੱਥੋਂ ਦਫ਼ਤਰੋਂ ਗੱਡੀ ਲੈ ਕੇ ਆਇਆ ਜੀ, ਸੋਹੀ ਸਾਹਿਬ ਦੀ। ਸਰ, ਕਿੱਥੇ ਗਏ ਸੀ, ਕਿਸ ਕਾਰਨ ਗਏ ਸੀ? ADC ਦਫ਼ਤਰ ਆਉਂਦੇ ਆਉਂਦੇ ਪੱਗੂ ਵਾਲੇ ਖੜੇ ਸੀ, ਤੇ ਉਦੋਂ ਬਾਅਦ ਅਸੀਂ ਪਟਿਆਲੇ ਜਾ ਰਹੇ ਸੀ। ਪੱਗੂ ਵਾਲੇ ਕਿੱਥੇ ਗਏ ਸੀ, ਕਿੰਨਾ ਸਮਾਂ ਰਹੇ? ਪੱਗੂ ਵਾਲੇ 20 ਮਿੰਟ ਰਹੇ ਜੀ। ਕਿੱਥੇ ਰਹੇ ਜੀ? ਕੋਲਡ ਸਟੋਰ 'ਤੇ। ਉੱਥੇ ਕੀ ਕਰ ਰਹੇ ਸੀ ਤੁਸੀਂ? ਨਹੀਂ, ਮੈਨੂੰ ਪਤਾ, ਮੈਂ ਗੱਡੀ 'ਚ ਬੈਠਾ ਸੀ। ਤੁਹਾਨੂੰ ਲੱਗਦਾ ਕਿ ਸਰਕਾਰੀ ਸਮੇਂ ਦੇ ਵਿੱਚ ਔਨ ਡਿਊਟੀ ਜਿੱਥੇ ਗਏ ਸੀ ਉੱਥੇ, ਮਤਲਬ ਕੀ ਕਾਰਨ ਗਏ ਸੀ? ਪ੍ਰਾਈਵੇਟ ਨਹੀਂ ਪਤਾ ਜੀ, ਇਹ ਇਹਨਾਂ ਨੂੰ ਸਾਫ਼ ਨਹੀਂ ਪਤਾ। ਸਰ, ਅੱਜ BDO ਸਾਹਿਬ ਦਾ ਡਰਾਈਵਰ ਅਲਾਟ ਕੀਤੇ ਹੋਣੇ? ਹਾਂਜੀ ਹਾਂ। ਅੱਜ ਉਹ ਕਿੱਥੇ ਨੇ ਜੀ? ਇਹ ਨਹੀਂ ਪਤਾ ਜੀ, ਉਹ ਕਿੱਥੇ ਆ? ਤੁਸੀਂ ਅੱਜ ਹੀ ਚਲਾ ਰਹੇ ਸੀ ਗੱਡੀ? ਨਹੀਂ, ਮੈਂ 8 ਦਿਨ ਹੋ ਗਏ। ਮੈਂ ਸ਼ਾਮ ਨੂੰ, ਮੈਂ ਪਟਿਆਲੇ ਤੋਂ ਆਉਂਦਾ ਇਹਨਾਂ ਦੇ ਘਰ ਦੇ ਨਾਲ, ਘਰ ਸੀ ਮੇਰਾ, ਮੈਨੂੰ ਨਾਲ ਲੈ ਆਉਂਦੇ ਹੁੰਦੇ ਸੀ, ਨਾਲ ਲੈ ਜਾਂਦੇ। ਤੁਸੀਂ 8 ਦਿਨ ਤੋਂ ਚਲਾ ਰਹੇ ਹੋ? ਹਾਂਜੀ ਹਾਂਜੀ। ਇਲਜ਼ਾਮ ਲੱਗੇ ਨੇ ਕਿ ਜਿਹੜੇ ਕੋਲਡ ਸਟੋਰ ਤੁਸੀਂ ਗਏ ਸੀ ਗੱਡੀ ਚਲਾ ਕੇ, ਉੱਥੇ ਰਿਸ਼ਵਤ ਲੱਗੀ ਆ, ਤੁਹਾਨੂੰ ਕੋਈ ਜਾਣਕਾਰੀ ਹੈ? ਨਹੀਂ, ਇਹਦੇ ਬਾਰੇ ਮੈਨੂੰ ਜਾਣਕਾਰੀ ਨਹੀਂ। ਗੱਡੀ 'ਚ ਕੁਛ ਰੱਖਿਆ ਤਾਂ ਨਹੀਂ ਗਿਆ ਜੀ ਉਸ ਸਿਸਟਮ ਬੈਠੇ? ਨਾ ਨਾ, ਮੇਰੇ ਹੁੰਦੇ ਕੁਛ ਨਹੀਂ ਰੱਖਿਆ। ਠੀਕ ਹੈ ਸਰ। ਅਤੇ ਬਾਅਦ 'ਚ ਕੁਛ ਰੱਖਿਆ ਹੋਵੇ ਤਾਂ ਮੈਂ ਕਹਿ ਨਹੀਂ ਸਕਦਾ, ਲਵੇ ਹੋਵੇ ਕੁਛ ਤਾਂ ਨਹੀਂ ਕਹਿ ਸਕਦਾ ਜੀ। ਠੀਕ, ਗੱਡੀ ਦੀ ਚਾਬੀ ਹੁਣ ਤੁਹਾਡੇ ਕੋਲ ਹੀ ਹੈ ਜਾਂ? ਮੇਰੇ ਲਵੇ ਹੈ ਜੀ। ਟੋਲ ਪਲਾਜ਼ੇ ਤੋਂ ਲੈ ਕੇ ਆਏ ਨੇ ਨਾ ਜੀ? ਟੋਲ ਪਲਾਜ਼ੇ ਤੋਂ ਮੈਂ ਆਪ ਨਹੀਂ ਲੈ ਕੇ ਆਇਆ। ਕੌਣ ਚਲਾ ਕੇ ਲੈ ਕੇ ਆਏ ਨੇ? ਸਾਹਿਬ ਲੈ ਕੇ ਆਏ ਨੇ। ਤੁਸੀਂ ਕਿੱਥੇ ਸੀ ਸਰ ਉਦੋਂ? ਮੈਂ ਤਾਂ ਪ੍ਰਾਈਵੇਟ ਗੱਡੀ 'ਚ ਆਇਆ ਜੀ ਉੱਥੋਂ। ਠੀਕ ਹੈ। ਪਤਾ ਨਹੀਂ, ਇਕੱਲੇ ਗੱਡੀ ਲੈ ਕੇ ਆ ਗਏ, ਮੈਂ ਤਾਂ ਫਿਰ ਬਾਅਦ 'ਚ
ਮੇਰੇ ਨੌਨ ਸੀ ਉਹਨਾਂ ਨਾਲ ਆਇਆ ਮੈਂ। ਠੀਕ ਹੈ।